6th ਵਿਦਿਆਰਥੀਓ ਅੱਜ ਆਪਾਂ ਲੈਸਨ ਨੰਬਰ 9 ਕਰ ਰਹੇ ਹਾਂ। ਲੈਸਨ ਨੰਬਰ 9 ਹੈ ਸਜੀਵ ਅਤੇ ਉਹਨਾਂ ਦਾ ਆਲਾ ਦੁਆਲਾ। ਇੰਗਲਿਸ਼ ਵਿੱਚ ਇਸ ਨੂੰ ਕਹਿੰਦੇ ਲਿਵਿੰਗ ਆਰਗੇਨਿਜ਼ਮਸ ਐਂਡ ਦੇਅਰ ਸਰਾਊਂਡਿੰਗਸ। ਜਿੰਨੇ ਵੀ ਜਿਹੜੇ ਜੀਵ ਜੰਤੂ ਨੇ ਬੇਟਾ ਸਜੀਵ ਨੇ, ਸਜੀਵ ਉਹ ਹੁੰਦੇ ਨੇ ਜਿਹੜੇ ਸਾਹ ਲੈਂਦੇ ਹਨ, ਬ੍ਰੀਦੀ ਕਰਦੇ ਹਨ, ਖਾਣਾ ਖਾਂਦੇ ਹਨ, ਆਪਣੇ ਵਰਗੇ ਹੋਰ ਜੀਵ ਪੈਦਾ ਕਰਦੇ ਹਨ। ਇਹ ਤੁਸੀਂ ਪਹਿਲਾਂ ਵੀ ਪ੍ਰਾਇਮਰੀ ਕਲਾਸ ਵਿੱਚ ਪੜ੍ਹਿਆ ਸੀ, ਆਪਾਂ ਐਂਡ ਵਿੱਚ ਫਿਰ ਤੁਹਾਨੂੰ ਅਸੀਂ ਡਿਟੇਲ ਵਿੱਚ ਦੱਸਾਂਗੇ। ਤਾਂ ਉਹ ਸਾਰੇ ਸਜੀਵ ਹੁੰਦੇ ਨੇ ਔਰ ਉਹ ਜਿਸ ਸਰਾਊਂਡਿੰਗਸ ਦੇ ਵਿੱਚ, ਜਿਸ ਆਲੇ ਦੁਆਲੇ ਵਿੱਚ ਰਹਿੰਦੇ ਹਨ, ਉਹਦੇ ਬਾਰੇ 'ਚ ਆਪਾਂ ਦੇਖਾਂਗੇ ਕਿ ਉਹ ਕਿਹੋ ਜਿਹੇ ਆਲੇ ਦੁਆਲੇ, ਕਿਹੋ ਜਿਹੇ ਖੇਤਰ ਵਿੱਚ ਰਹਿੰਦੇ ਹਨ, ਉਹਦੇ ਆਧਾਰ ਦੇ ਉੱਤੇ ਅਸੀਂ ਇਹਨਾਂ ਨੂੰ ਕਿੰਨੇ ਹਿੱਸਿਆਂ ਵਿੱਚ ਵੰਡਦੇ ਹਾਂ। ਠੀਕ ਹੈ। ਔਰ ਜਿਹੜੇ ਇਹ ਸਜੀਵ ਨੇ, ਜਿਨ੍ਹਾਂ ਜਿਸ ਏਰੀਆ ਦੇ ਵਿੱਚ ਰਹਿੰਦੇ ਹਨ ਬੇਟੇ, ਉਸਨੂੰ ਅਸੀਂ ਕੀ ਕਹਿੰਦੇ ਹਾਂ, ਹੈਬੀਟੈਟ ਵੇਅਰ ਔਰਗਨਿਜ਼ਮਸ ਲਿਵ। ਜਿਸ ਜਗ੍ਹਾ 'ਤੇ ਕੋਈ ਜੀਵ ਸਜੀਵ ਰਹਿੰਦਾ ਹੈ, ਉਸਨੂੰ ਉਸਦਾ ਕੀ ਕਹਿੰਦੇ ਨੇ, ਹੈਬੀਟੈਟ ਕਹਿੰਦੇ ਹਨ। ਔਰ ਕਿਸੇ ਵੀ ਹੈਬੀਟੈਟ ਵਿੱਚ, ਆਵਾਸ ਵਿੱਚ ਰਹਿਣ ਦੇ ਲਈ ਕੋਈ ਵੀ ਜੀਵ ਆ ਜਿਹੜਾ, ਉਹ ਆਪਣੇ ਆਪ ਨੂੰ ਕੀ ਕਰਦਾ, ਅਡੈਪਟ ਕਰਦਾ। ਅਟੈਪਟ ਮੀਨਸ ਉਸਦੇ ਵਿੱਚ ਕੁਝ ਖਾਸ ਇਹੋ ਜਿਹੇ ਹੈਬਿਟਸ ਬਣ ਜਾਂਦੀਆਂ ਨੇ ਜਿਹਦੇ ਕਰਕੇ ਉਹ ਉਸ ਆਪਣੇ ਸਰਾਊਂਡਿੰਗ ਦੇ ਵਿੱਚ, ਉਸ ਵਿੱਚ ਰਹਿ ਸਕਦਾ, ਆਪਣੇ ਹੈਬੀਟੈਟ ਵਿੱਚ ਰਹਿ ਸਕਦਾ। ਸਮ ਹੈਬਿਟਸ ਵਿੱਚ ਐਨੇਬਲ ਅ ਪਲਾਂਟ ਔਰ ਅਨ ਐਨੀਮਲ ਟੂ ਲਿਵ। ਕੁਝ ਅਜਿਹੀਆਂ ਆਦਤਾਂ ਜੋ ਉਸ ਜੀਵ ਪੌਦੇ ਨੂੰ ਔਰ ਜੰਤੂ ਨੂੰ ਉਸ ਏਰੀਏ ਦੇ ਵਿੱਚ, ਉਸ ਹੈਬੀਟੈਟ ਦੇ ਵਿੱਚ ਰਹਿਣ ਦੇ ਕਾਬਲ ਬਣਾਉਂਦੀਆਂ ਹਨ, ਉਸਨੂੰ ਬੇਟੇ ਅਸੀਂ ਕੀ ਕਹਿੰਦੇ ਹਾਂ, ਅਡੈਪਟੇਸ਼ਨ ਕਹਿੰਦੇ ਹਾਂ। ਔਰ ਇਸ ਅਡੈਪਟੇਸ਼ਨ ਦੇ ਬੇਸਿਸ 'ਤੇ ਜਿਹੜੀਆਂ ਹੈਬੀਟੈਟਸ ਨੇ, ਇਹ ਕਿੰਨੇ ਤਰ੍ਹਾਂ ਦੀਆਂ ਨੇ, ਦੋ ਤਰ੍ਹਾਂ ਦੀਆਂ ਨੇ। ਪਹਿਲੀ ਕਿਹੜੀ ਹੈ ਟੈਰੈਸਟਰੀਅਲ ਅਤੇ ਦੂਸਰੀ ਕਿਹੜੀ ਹੈ ਐਕੁਏਟਿਕ। ਟੈਰੈਸਟਰੀਅਲ ਬੇਟੇ ਹੁੰਦੀ ਆ ਜਿਸ ਤਰ੍ਹਾਂ ਥਲੀ ਭਾਗ, ਥਲੀ ਭਾਗ ਦੇ ਵਿੱਚ ਕੀ ਆ ਜਾਂਦੇ ਨੇ, ਡੈਜ਼ਰਟਸ ਆ ਜਾਂਦੇ ਨੇ, ਮਾਰੂਥਲ ਮਾਊਂਟੇਨਸ ਆ ਜਾਂਦੀਆਂ ਨੇ, ਪਹਾੜ ਔਰ ਗ੍ਰਾਸਲੈਂਡਸ ਆ ਜਾਂਦੇ ਨੇ, ਮੀਨਸ ਘਾਹ ਦੇ ਮੈਦਾਨ। ਔਰ ਇਸੇ ਤਰ੍ਹਾਂ ਜਿਹੜੇ ਐਕੁਏਟਿਕ ਨੇ, ਐਕੁਏਟਿਕ ਦਾ ਮਤਲਬ ਹੁੰਦਾ ਬੇਟੇ ਪਾਣੀ, ਐਕੁਆ ਮੀਨਸ ਪਾਣੀ। ਤਾਂ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਨੇ ਜਿਹੜੇ, ਉਹਨਾਂ ਦੇ ਜਿਹੜੇ ਹੈਬੀਟੈਟਸ ਨੇ, ਦੋ ਤਰ੍ਹਾਂ ਨੂੰ ਅਸੀਂ ਦੋ 'ਚ ਡਿਵਾਈਡ ਕੀਤਾ ਹੋਇਆ। ਇੱਕ ਹੈ ਓਸ਼ਨਸ ਮੀਨਸ ਸਮੁੰਦਰ, ਵੱਡੇ ਜਿਹੜੇ ਸਮੁੰਦਰ ਹੁੰਦੇ ਨੇ, ਔਰ ਦੂਸਰਾ ਪੌਂਡਸ ਐਂਡ ਲੇਕਸ, ਜਿੱਥੇ ਛੋਟੀਆਂ ਲੇਕਸ ਜਾਂ ਪੌਂਡਸ ਆ ਜਾਂਦੀਆਂ ਹਨ। ਠੀਕ ਹੈ। ਤਾਂ ਇਸ ਦੇ ਬਾਰੇ 'ਚ ਅਸੀਂ ਆਪਾਂ ਡਿਟੇਲ ਵਿੱਚ ਇਸ ਲੈਸਨ ਦੇ ਬਾਰੇ 'ਚ ਆਪਾਂ ਅੱਜ ਐਕਟੀਵਿਟੀਜ਼ ਦੇ ਨਾਲ ਪੜ੍ਹਾਂਗੇ।